इस बंदे ने तो ठूस ठूस के खाया। हेलो जी, हेलो, सत श्री अकाल, सलाम, नमस्ते, अदाब, सारिआं नूं, सभी को मेरी तरफ से गुड मॉर्निंग। जैसे कि आप देख रहे हैं, मैं रेडी हूँ अच्छी तरह से। और आज हम लोग जा रहे हैं नानकसर। नानकसर उत्थे बाबा नानक सिंह जी दा अज बरसी है। बरसी जिवें कि आपां कह सकते हैं, बरसी किसनूं कहिंदे आ, जिस दा जड़े कि ज्योति ज्योत समा जांदे ने, उन्हां दी यादगार दे विच बरसी मनाई जांदी, जिहड़ी साल बाद मनांदे आ, उह बरसी है अज। बरसी तां पिछले काफ़ी दिनां तों चल रही सी, ਵੀ ਲਗਾ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਸੀ, ਬਟ ਸਾਨੂੰ ਅੱਜ ਟਾਈਮ ਮਿਲਿਆ ਹੈ, ਅੱਜ ਮੌਕਾ ਮਿਲਿਆ ਹੈ, ਰੱਬ ਜੀ ਨੇ ਕਿਰਪਾ ਕੀਤੀ ਹੈ ਕਿ ਅਸੀਂ ਅੱਜ ਆ ਕੇ ਦਰਸ਼ਨ ਕਰਕੇ ਆਈਏ। ਤੋ ਅਸੀਂ ਅੱਜ ਜਾ ਰਹੇ ਹਾਂ ਦਰਸ਼ਨ ਕਰਨ ਲਈ। ਤੋ ਦੇਖਦੇ ਹਾਂ ਅੱਗੇ ਕੀ ਹੁੰਦਾ ਆ। ਮੌਸਮ ਜਦੋਂ ਅਸੀਂ ਸਵੇਰੇ ਉੱਠੇ ਸੀਗੇ ਉਦੋਂ ਤਾਂ ਬਹੁਤ ਖਰਾਬ ਸੀਗਾ, ਹੁਣ ਤਾਂ ਮੌਸਮ ਕਾਫ਼ੀ ਠੀਕ ਹੋ ਚੁੱਕਾ ਆ। ਬਾਰਿਸ਼ ਬਹੁਤ ਹੋ ਰਹੀ ਸੀ ਸੁਬਹ, ਅਤੇ ਹੁਣ ਮੌਸਮ ਕਾਫ਼ੀ ਠੀਕ ਹੋ ਚੁੱਕਾ ਆ, ਬੱਦਲ ਵੀ ਸਾਫ਼ ਹੋ ਗਏ ਨੇ। ਹੁਣ ਦੇਖਦੇ ਹਾਂ ਅੱਗੇ ਚੱਲਦੇ ਹਾਂ, ਅਸੀਂ ਰੈਡੀ ਹਾਂ। ਅੱਗੇ ਅਸੀਂ ਬੱਸ 'ਚ ਪਹੁੰਚ ਚੁੱਕੇ ਹਾਂ, ਬੱਸ 'ਚ ਬੈਠ ਚੁੱਕੇ ਹਾਂ, ਅਤੇ ਬੱਸ ਜਾ ਰਹੀ ਹੈ। ਮੇਰਾ ਨਾ ਰਸਤੇ 'ਚ ਮਨ ਖਰਾਬ ਹੋ ਗਿਆ ਸੀਗਾ, ਅਤੇ ਇਹਨਾਂ ਨੇ ਮੈਨੂੰ ਬਿਲਕੁਲ ਹੀ ਲੈ, ਹੁਣ ਮੈਂ ਥੋੜ੍ਹੀ ਠੀਕ ਮਹਿਸੂਸ ਕਰ ਰਹੀ ਹਾਂ, ਬੈਟਰ ਫੀਲ ਹੋ ਰਿਹਾ ਅੱਗੇ ਨਾਲੋਂ। ਚਲੋ ਅਸੀਂ ਤੁਹਾਨੂੰ ਮਿਲਦੇ ਹਾਂ ਉੱਥੇ ਪਹੁੰਚ ਕੇ, ਤੁਹਾਨੂੰ ਦਿਖਾਉਂਦੇ ਹਾਂ ਉੱਥੋਂ ਦਾ ਨਜ਼ਾਰਾ ਕਿਵੇਂ ਦਾ ਆ। ਉੱਥੇ ਥੋੜਾ ਸਲੋ ਕਰਿਓ ਬਸ। ਨਹੀਂ ਇਥੋਂ ਤਾਰ ਕੇ ਸੈਂਟਰ ਦੇ ਇਥੇ ਮੁੜ ਜਾਣਾ ਜੀ। ਠੀਕ ਜੀ, ਦੱਸ ਦਿੰਦੇ ਸਰ। ਅੱਛਾ, ਹਾਂਜੀ ਸਰ, ਦੱਸ ਦਿੰਦੇ ਤੁਹਾਨੂੰ, ਗਾਂ ਰੱਜ ਬਾਦ ਤੁਰ ਕੇ ਜਾਂਦੇ ਸਾਰੇ। ਠੀਕ ਹੈ ਠੀਕ ਹੈ। ਪੁੱਤਰ ਜੀ ਉੱਤਰ ਜੀ ਮੰਗ ਲਿਓ ਗਾਂ। ਠੀਕ ਜੀ, ਜਿੱਥੇ ਦੱਸ ਦਿੰਦੇ ਉਹਦਾ ਉਹਦੇ ਤਾਰੀ ਰੋਗ ਜਾ ਰਿਸ਼ੀ ਬੋਲਦੀ ਮੈਂ ਉਪਰ ਸਾਈਡ ਤੇ ਲਾ ਲੈਂਦਾ ਬਿਲਕੁਲ। ਠੀਕ ਬਹੁਤ ਹੀ ਲੱਖਾਂ ਦੀ ਤਾਦਾਦ ਵਿੱਚ ਗਿਣਤੀ ਆਈ ਹੋਈ ਹੈ ਇੱਥੇ। ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ, ਕਾਫੀ ਦੂਰ ਦੂਰ ਤੋਂ ਇੱਥੇ ਲੋਕ ਆਉਂਦੇ ਨੇ। ਦੇਖੋ ਥਾਂ ਥਾਂ ਤੇ ਲੰਗਰ, ਹਰ ਇੱਕ ਚੀਜ਼ ਦਾ ਲੰਗਰ ਲੱਗਿਆ ਹੋਇਆ ਹੈ। ਉਤਰੇ ਹੋਏ ਆ, ਯਾਨੀ ਕਿ ਅਸੀਂ ਮੇਨ ਰੋਡ GT ਰੋਡ ਦਿੱਤੇ ਸੀਗੇ। ਹਜੇ ਅੱਗੇ ਕਾਫੀ ਤੁਰ ਕੇ ਪੈਦਲ ਜਾਣ ਦਾ ਰਸਤਾ ਆ, ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਹੀ ਸ਼ੁਰੂ ਤੋਂ ਸਟਾਰਟਿੰਗ ਦੇ ਵਿੱਚ ਹੀ ਕਿੰਨਾ ਰਸ਼ ਆ, ਤੇ ਥਾਂ ਥਾਂ ਤੇ ਲੋਕਾਂ ਨੇ ਸੇਵਾ, ਫ੍ਰੀ ਸੇਵਾ ਲਾਈ ਹੋਈ ਆ, ਲੰਗਰ ਦੀ, ਪਾਣੀ ਦੀ, ਹਰ ਇੱਕ ਚੀਜ਼ ਦੀ। ਤੇ ਤਾਂ ਬਹੁਤ ਅੱਗੇ ਆਪਾਂ ਤੁਰ ਕੇ ਜਾਣਾ ਆ। ਦੇਖੋ ਸਾਈਡਾਂ 'ਤੇ ਕਿੱਦਾਂ ਲੋਕ ਆਪਣੀਆਂ ਮਤਲਬ ਕਿ ਛੋਟੀਆਂ ਛੋਟੀਆਂ ਦੁਕਾਨਾਂ ਲਗਾਈਆਂ ਹੋਈਆਂ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ, ਤੁਸੀਂ ਦੇਖ ਲਓ। ਜੇ ਤੁਹਾਨੂੰ ਵੀ ਕਿਤੇ ਮੌਕਾ ਮਿਲੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਉਣਾ, ਬਹੁਤ ਆਨੰਦ ਆਉਂਦਾ ਆ। ਹੋ ਗਿਆ ਨਾ 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 ਕਾ
अगे जा रहे हैं। इस तो अगे जाके आप पहले अपने पैर साफ करेंगे, यानी कि पानी के पैर धो के अगे हाथ धो के फिर अगे अगे आप फर्दर जावे मत्था टेकेंगे फिर तुम अगे दिखाने। देख सकते हो बाहरों ही इन्ना सोहना लग रहा है, अंदर जाके की नज़ारा देखने को मिलेगा। इतों आप एंट्रेंस करनी है बाबा नानक सिंह जी से उन्होंने इतने बैठ के तपस्या की थी। तपस्या करते करते ज्योति जोत समा गए थे। तो इस जगह से लोग बहुत ही श्रद्धा भावना के नाल आते हैं, बहुत दूरों दूरों लोग आते हैं। तो इस तो ही एक नेड़ले पिंड दे विच उन्होंने जन्म स्थान है जिसका नाम है शेरपुर कला। शेरपुर कला के उन्होंने जन्म स्थान आ, उत्थे उन्होंने जन्म होया सी। ते उस पिंड दे विच दिवाली तो लगभग दो दिन पहला या उन्होंने जो भी जन्म जिहड़ा उन्होंने जन्म तरीक है उस दिन नूं बहुत ही उस दिन उदों भी हफ्ते पहला ही उन्होंने जन्म दिहाड़े दीआं तैयारियां शुरू हो जांदियां ने।
ਫਿਰ ਉੱਥੇ ਹਫ਼ਤੇ ਪਹਿਲਾਂ ਹੀ ਇੱਦਾਂ ਹੀ ਰੌਣਕ ਮੇਲੇ ਰੌਣਕ ਮੇਲਾ ਲੱਗਿਆ ਰਹਿੰਦਾ ਆ। ਬਹੁਤ ਸ਼ਰਧਾ ਭਾਵਨਾ ਨਾਲ ਦੂਰੋਂ ਦੂਰੋਂ ਲੋਕ ਆਉਂਦੇ ਨੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਹੈ। ਫ੍ਰੀ ਹੀ ਗਰੀਬਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਨੇ। ਜਿਹੜੇ ਵੀ ਗਰੀਬ ਨੇ ਹੈ ਨਾ, ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਫ੍ਰੀ ਕੈਂਪ ਲੱਗਿਆ ਹੋਇਆ। ਜਿਵੇਂ ਕਿ ਜਿੱਥੇ ਜਿੱਥੇ ਮੱਥਾ ਟੇਕਣਾ ਸੀ ਅਸੀਂ ਮੱਥਾ ਟੇਕ ਚੁੱਕੇ ਹਾਂ ਅਤੇ ਹੁਣ ਅਸੀਂ ਲੰਗਰ ਛਕਣ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਜਿੱਦਾਂ ਸਾਡੇ ਪਿੱਛੇ ਹੀ ਲੰਗਰ ਹਾਲ ਹੈ, ਅਸੀਂ ਲੰਗਰ ਹਾਲ ਜਾ ਰਹੇ ਹਾਂ ਲੰਗਰ ਛਕਣ ਲਈ। ਅਤੇ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ, ਦੇਖਦੇ ਹਾਂ ਲੰਗਰ ਵਿੱਚ ਕੀ ਆ। थके और हमारे साथ एक बंदा था, उसकी तबीयत बहुत ज़्यादा ख़राब हो गई थी। ये था, इसने वहाँ से कुछ भी नहीं खाया, कुछ भी नहीं। और इस बंदे ने तो ठूस ठूस के खाया, ठूस ठूस के। इसको सांस की प्रॉब्लम हो गई थी इसलिए इसने खाया नहीं। इसको सांस की प्रॉब्लम हो गई थी तो इसलिए इसने खाया नहीं। तो अब हम जा रहे हैं वापस घर थक कर। और आप देख ही सकते सुबह मेरा चेहरा कितना फ्रेश था, अब मैं कितना डाउन फील कर रही हूँ। ऐसे लग रहा है कि मेरे सेल डाउन हो चुके हैं बॉडी के। तो अब हम जा रहे हैं घर, मिलते हैं घर जाकर, बाय। तो फाइनली पहुँच चुके हैं हम अपनी डेस्टिनेशन पे, यानी कि अपने घर। घर तो नहीं पहुँचे, घर के पीछे ही है थोड़ा सा, अभी रेलवे स्टेशन पे पहुँचे हैं। तो अब हम घर जा रहे हैं। गाइस थक चुके हैं, पूछो मत। बाय, मिलते हैं नेक्स्ट व्लॉग में। तब तक के लिए बाय, टाटा, टेक केयर।